ਅਗੇ ਅਹਿਮ ਖਬਰਦਾਰੀ ਹੈ ਸੋਮਵਾਰ ਨੂੰ ਕੋਲੋਨਾ ਦੇ ਵਿੱਚ ਕ੍ਰੇਨ ਡਿੱਗਣ ਦੇ ਨਾਲ 4 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਿਸ ਤੋਂ ਬਾਅਦ ਇਹ ਖਬਰ ਆਈ ਹੈ ਕਿ ਪੰਜਵਾਂ ਵਿਅਕਤੀ ਜਿਸ ਦੀ ਪਾਲ ਕੀਤੀ ਜਾ ਰਹੀ ਸੀ ਉਸ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ ਮਾਉਂਟਰੀਜ਼ ਦੇ ਮੁਤਾਬਕ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਹੀ ਦਮ ਤੋੜ ਗਿਆ ਜਦੋਂ ਕਿ ਬਾਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਸਾਰੇ ਵਿਅਕਤੀ ਜੋ ਆਦਮੀ ਦੱਸੇ ਜਾ ਰਹੇ ਨੇ ਜੋ ਨਿਰਮਾਣ ਵਾਲੀ ਥਾਂ ਦੇ ਨਾਲ ਜੁੜੇ ਹੋਏ ਸੀ ਮੰਨਿਆ ਇਹ ਜਾ ਰਿਹਾ ਹੈ ਕਿ ਜਦੋਂ ਕ੍ਰੇਨ ਡਿੱਗੀ ਤਾਂ ਨਾਲ ਲੱਗਦੀ ਇਮਾਰਤ ਦੇ ਵਿੱਚੇ ਕੰਮ ਕਰ ਰਹੇ ਸਨ ਆਰਸੀਐਮਪੀ ਦਾ ਕਹਿਣਾ ਹੈ ਕਿ ਅਸੀਂ ਵਰਕ ਸੇਫ ਬੀਸੀ ਕਾਰਨਰਸ ਸਰਵਿਸ ਕੋਲੋਨਾ ਫਾਇਰ ਡਿਪਾਰਟਮੈਂਟ ਸਿਟੀ ਕੋਲੋਨਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਮਿਸਿੰਗ ਵਿਅਕਤੀ ਤੱਕ ਮੰਗਲਵਾਰ ਦੁਪਹਿਰ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਸਕਦੀ ਹੈ ਕ੍ਰੇਨ ਡਿੱਗਣ ਦੇ ਅਜੇ ਕਾਰਨ ਨਹੀਂ ਪਰ ਪਤਾ ਲੱਗੇ ਪਰਕਲੋਨਾ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਜਿਹੜੀ ਹੈ ਉਹ ਕਾਇਮ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਖੇਤਰ ਨੂੰ ਸੁਰੱਖਿਅਤ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਸਥਾਨਕ ਐਮਰਜੈਂਸੀ ਦੇ ਹਾਲਾਤ ਬਣੇ ਰਹਿਣਗੇ ਕਿਸੇ ਨੂੰ ਉਸ ਖੇਤਰ ਦੇ ਵਿੱਚ ਜਾਣ ਦੀ ਮਨਜ਼ੂਰੀ ਨਹੀਂ ਹੈ ਸੈਂਟ ਪੌਲ ਦੇ ਛੋਟੇ ਹਿੱਸਿਆਂ ਦੀਆਂ ਜਾਇਦਾਦਾਂ ਨੂੰ ਖਾਲੀ ਕਰਨ ਦੇ ਲਈ ਮਜਬੂਰ ਕੀਤਾ ਗਿਆ ਫਿਲਹਾਲ ਖਬਰ ਪੜੇ ਜਾਣ ਤਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਬਦਲਾ ਆਉਣ ਦੀ ਸੰਭਾਵਨਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ